ਹੇਮਕੁੰਟ ਸਾਹਿਬ ਇੱਕ ਸੁੰਦਰ ਯਾਤਰਾ। ਹਿਮਾਲਿਆ ਪਰਬਤ ਦੀਆਂ ਉੱਚੀਆਂ ਅਤੇ ਵਿਸ਼ਾਲ ਪਹਾੜੀਆਂ ਵਿੱਚ ਘਿਰਿਆ ਹੋਇਆ ਅਤੇ ਬਰਫੀਲੀ ਝੀਲ ਦੇ ਕਿਨਾਰੇ ਵਸਿਆ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੁਨੀਆ ਦੇ ਅਜੂਬਿਆਂ ਵਿੱਚੋਂ ਇੱਕ ਹੈ। ਇਹ ਗੁਰਦੁਆਰਾ ਮਈ ਦੇ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਖੁੱਲ੍ਹਦਾ ਹੈ। ਬਰਫ਼ ਦੇ ਪਿਘਲਣ 'ਤੇ ਸੇਵਕ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸ਼ਰਧਾਲੂ ਅਤੇ ਹੋਰ ਲੋਕਾਂ ਲਈ ਰਸਤਾ ਤਿਆਰ ਕਰਦੇ ਹਨ। ਜੂਨ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹ ਘਾਟੀਆਂ ਕੀਰਤਨ ਦੀ ਸ਼ਾਂਤਮਈ ਧੁਨੀ ਨਾਲ ਗੂੰਜਦੀਆਂ ਰਹਿੰਦੀਆਂ ਹਨ। 15,000 ਫੁੱਟ ਦੀ ਉਚਾਈ 'ਤੇ ਪਹੁੰਚਣ ਵਾਲੀ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੇ ਕੜਾਹ ਪ੍ਰਸ਼ਾਦ ਛਕਾਇਆ ਜਾਂਦਾ ਹੈ, ਜੋ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਜਜ਼ਬੇ ਅਤੇ ਸੰਗਤ ਦਾ ਗੁਰੂ ਸਾਹਿਬ ਪ੍ਰਤੀ ਪ੍ਰੇਮ ਦਾ ਪ੍ਰਤੀਕ ਹੈ। ਸਿੱਖ ਇਤਿਹਾਸ ਦੀ ਖੋਜ ਕਰਨ ਵਾਲੇ ਵਿਦਵਾਨ ਦੱਸਦੇ ਹਨ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਇਸ ਪਵਿੱਤਰ ਸਥਾਨ 'ਤੇ ਤਪੱਸਿਆ ਕੀਤੀ ਸੀ। ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਇਸ ਦੀ ਅਨੋਖੀ ਬਣਾਵਟ ਕਰਕੇ ਭਾਰੀ ਬਰਫ਼ਬਾਰੀ ਅਤੇ ਉੱਚੇ ਪਹਾੜਾਂ ਦੇ ਬਦਲਦੇ ਮੌਸਮ ਨੂੰ ਆਸਾਨੀ ਨਾਲ ਅੱਜ ਤੱਕ ਚੱਲਦਾ ਆ ਰਿਹਾ ਹੈ। ਹੇਮਕੁੰਟ ਇੱਕ ਚਮਤਕਾਰੀ ਅਤੇ ਅਦਭੁਤ ਅਜੂਬਾ ਹੈ। ਕੀਰਤਨੀਏ ਜਥਿਆਂ ਵੱਲੋਂ ਗਾਏ ਜਾ ਰਹੇ ਪਵਿੱਤਰ ਸੰਗੀਤ ਦੀ ਧੁਨੀ ਹਿਮਾਲਿਆ ਪਰਬਤ ਦੀ ਵਿਸ਼ਾਲਤਾ ਅਤੇ ਝੀਲ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਗੁਰੂ ਕਾ ਲੰਗਰ ਛਕਾਉਣ ਦਾ ਸਿੱਖ ਰਿਵਾਜ ਦੱਸਦਾ ਹੈ ਕਿ ਇੰਨੀ ਉੱਚੀ ਜਗ੍ਹਾ 'ਤੇ ਵੀ ਹਰ ਇੱਕ ਸ਼ਰਧਾਲੂ ਨੂੰ ਗਰਮ ਭੋਜਨ ਮਿਲਦਾ ਹੈ। ਇਸ ਖਾਸ ਸਥਾਨ 'ਤੇ ਪੁੱਜਣ ਲਈ ਵੀ ਇੱਕ ਜਜ਼ਬੇ ਦੀ ਜ਼ਰੂਰਤ ਹੁੰਦੀ ਹੈ। ਇੰਨੀ ਉਚਾਈ 'ਤੇ ਆਕਸੀਜਨ ਲੈਵਲ ਸਮੁੰਦਰੀ ਤਲ ਦੇ ਮੁਕਾਬਲੇ 30% ਘੱਟ ਜਾਂਦਾ ਹੈ। ਹੇਮਕੁੰਟ ਸਾਹਿਬ ਜਾਣ ਲਈ ਨਾ ਹੀ ਕੋਈ ਹਵਾਈ ਸੇਵਾਵਾਂ ਉਪਲਬਧ ਹਨ ਅਤੇ ਨਾ ਹੀ ਕਾਰ ਸਕੂਟਰ 'ਤੇ ਜਾਣ ਯੋਗ ਰਸਤੇ। ਗੋਬਿੰਦ ਘਾਟ ਵਿੱਚ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੱਕ ਰਸਤੇ ਬਣੇ ਹਨ। ਹਾਲਾਂਕਿ ਜਿਹੜਾ ਵੀ ਇਸ ਪਵਿੱਤਰ ਅਸਥਾਨ 'ਤੇ ਪਹੁੰਚਣ ਲਈ ਵਚਨਬੱਧ ਹੈ, ਜਜ਼ਬੇ ਨਾਲ ਭਰਪੂਰ ਹੈ, ਉਹ ਵੀ ਇਸ ਯਾਤਰਾ ਨੂੰ ਕਰ ਸਕਦਾ ਹੈ। ਘੋੜਿਆਂ ਅਤੇ ਟੱਬਿਆਂ ਦੀ ਉਪਲਬਧਤਾ ਬਹੁਤ ਸਹਾਇਕ ਹੁੰਦੀ ਹੈ। ਇਸ ਯਾਤਰਾ 'ਤੇ, ਜੋ ਕਿ ਗੋਬਿੰਦ ਘਾਟ ਦੇ ਪਿੰਡ ਤੋਂ ਸ਼ੁਰੂ ਹੁੰਦੀ ਹੈ, ਤੁਸੀਂ 2 ਦਿਨਾਂ ਦੇ ਅੰਦਰ 9,000 ਫੁੱਟ ਦੀ ਚੜ੍ਹਾਈ ਚੜ੍ਹੋਗੇ। ਰੂਹ ਨੂੰ ਸੰਤੁਸ਼ਟ ਕਰਨ ਵਾਲੇ ਇਸ ਤਜੁਰਬੇ ਨੂੰ ਮਾਨਣ ਲਈ ਪਹਿਲਾਂ ਹੀ ਤਿਆਰੀ ਨਾ ਲਾਓ। ਪਹਿਲਾਂ ਤਾਂ ਹੋਰ ਤਿਆਰੀਆਂ ਤੋਂ ਇਲਾਵਾ ਇਸ ਸਫ਼ਰ ਲਈ ਸਭ ਤੋਂ ਜ਼ਰੂਰੀ ਤਿਆਰੀ ਮਾਨਸਿਕ ਤਿਆਰੀ ਹੈ। ਭਾਰਤ ਸਫ਼ਰ ਕਰਨ ਲਈ ਸੌਖਾ ਸਥਾਨ ਨਹੀਂ ਹੈ, ਖਾਸ ਕਰਕੇ ਦੂਰ ਦੁਰਾਡੇ ਅਤੇ ਉੱਚੇ ਇਲਾਕਿਆਂ ਵਿੱਚ ਮਹਿਮਾਨ ਇੰਨੀ ਆਰਾਮਦਾਇਕ ਸਹੂਲਤਾਂ ਨਹੀਂ ਪਾ ਪਾਉਂਦੇ। ਹਾਲਾਂਕਿ ਲੋਕ ਬੜੇ ਦੋਸਤਾਨਾ ਅਤੇ ਮਦਦਗਾਰ ਹੁੰਦੇ ਹਨ। ਦੂਜੀ ਤਿਆਰੀ ਵਿੱਚ ਸਰੀਰਕ ਤੰਦਰੁਸਤੀ ਸ਼ਾਮਿਲ ਹੈ। ਜ਼ਿਆਦਾਤਰ ਸਰੀਰਕ ਤੌਰ 'ਤੇ ਤੰਦਰੁਸਤ ਲੋਕ ਪੈਦਲ ਜਾਣ ਦਾ ਸਫ਼ਰ ਕਰ ਸਕਦੇ ਹਨ, ਪਰ ਜੋ ਪੈਦਲ ਨਹੀਂ ਜਾ ਸਕਦੇ ਉਹਨਾਂ ਲਈ ਛੋਟੇ ਘੋੜੇ ਅਤੇ ਗਾਰਟਰ ਵੀ ਮਦਦ ਲਈ ਹੁੰਦੇ ਹਨ। ਪਰ ਜਿੰਨੀ ਸੰਭਵ ਹੋ ਸਕੇ ਤੁਸੀਂ ਪਹਿਲਾਂ ਹੀ ਆਪਣੇ ਤਜੁਰਬੇ ਨੂੰ ਵਧਾ ਸਕਦੇ ਹੋ। ਘਰ ਵਿੱਚ ਪੌੜੀਆਂ ਚੜ੍ਹ ਕੇ ਪ੍ਰੈਕਟਿਸ ਕਰੋ। ਇਹ ਨਾ ਕੇਵਲ ਇਸ ਦੀ ਸ਼ਕਤੀ ਨੂੰ ਵਿਕਸਿਤ ਕਰੇਗਾ, ਬਲਕਿ ਮਾਸਪੇਸ਼ੀਆਂ ਨੂੰ ਛੇਤੀ ਠੀਕ ਕਰਾਉਣ ਵਿੱਚ ਵੀ ਸਹਾਇਤਾ ਕਰੇਗਾ। ਇਸ ਦੇ ਇਲਾਵਾ ਹਾਈਕਿੰਗ ਬੂਟਾਂ ਅਤੇ ਬਾਂਸ ਦੀ ਸੋਟੀ ਵੀ ਬਹੁਤ ਲਾਭਦਾਇਕ ਹੁੰਦੇ ਹਨ। ਹੋਰ ਜੇਕਰ ਤੁਹਾਨੂੰ ਘਬਰਾਹਟ ਹੋਵੇ ਜਾਂ ਸਾਹ ਲੈਣ 'ਚ ਤਕਲੀਫ ਹੋਏ, ਸਿਰ ਦਰਦ ਆਦਿ ਹੋਏ, ਤਾਂ ਰੁੱਕ ਕੇ ਆਰਾਮ ਕਰੋ। ਤੀਸਰੀ ਕਿਸਮ ਦੀ ਤਿਆਰੀ ਵਿੱਚ ਟੀਮ ਮੈਂਬਰ ਬਣਨ ਦਾ ਰਵੱਈਆ ਸ਼ਾਮਿਲ ਹੈ। ਆਪਣੇ ਸਾਥੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਅਣਜਾਣ ਲੋਕਾਂ ਨੂੰ ਵੀ ਖੁਸ਼ ਕਰੋ। ਆਉਂਦੇ ਜਾਂਦੇ ਸੈਲਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਓ ਅਤੇ ਇਸ ਤਰ੍ਹਾਂ ਸੇਵਾ ਕਰੋ। ਅੱਗੇ ਸਵਾਲ ਇਹ ਹੈ ਕਿ ਹੇਮਕੁੰਟ ਸਾਹਿਬ ਪਹੁੰਚਣਾ ਕਿਵੇਂ ਹੈ? ਕੁਝ ਸਿੱਖ ਤੀਰਥ ਯਾਤਰੀਆਂ ਨੂੰ ਪੰਜਾਬ ਦੇ ਆਪਣੇ ਪਿੰਡ ਦੇ ਗੁਆਂਢੀਆਂ ਨਾਲ ਇਸ ਪਵਿੱਤਰ ਅਸਥਾਨ ਤੱਕ ਚੱਲਣ ਲਈ 1 ਮਹੀਨੇ ਦਾ ਸਮਾਂ ਲੱਗਿਆ ਹੈ।
ਹਾਲਾਂਕਿ ਜ਼ਿਆਦਾਤਰ ਲੋਕ ਸੜਕ ਰਾਹੀਂ ਯਾਤਰਾ ਸ਼ੁਰੂ ਕਰਨ ਲਈ ਦੇਹਰਾਦੂਨ, ਰਿਸ਼ੀਕੇਸ਼ ਜਾਂ ਹਰਿਦੁਆਰ ਪਹੁੰਚਣ ਲਈ ਇਹਨਾਂ ਵਿੱਚੋਂ ਇੱਕ ਵਿਕਲਪ ਦੀ ਵਰਤੋਂ ਕਰਦੇ ਹਨ। ਇਹ ਸ਼ਹਿਰ ਇੱਕ ਦੂਜੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਹਨ। ਪਹਿਲਾ, ਦਿੱਲੀ ਤੋਂ ਜਾਂ ਹੋਰ ਪ੍ਰਮੁੱਖ ਸ਼ਹਿਰਾਂ ਦੁਆਰਾ ਦੇਹਰਾਦੂਨ ਨੂੰ ਇੱਕ ਉਡਾਨ ਲੈਣਾ। ਫਲਾਈਟ ਕੇਵਲ 1 ਘੰਟੇ ਦੀ ਹੈ ਅਤੇ ਤੁਸੀਂ ਭਾਰੀ ਟ੍ਰੈਫਿਕ ਤੋਂ ਬਚੋਗੇ ਜੋ ਰਿਸ਼ੀਕੇਸ਼ ਜਾਂ ਹਰਿਦੁਆਰ ਤੱਕ ਪੁੱਜਣ ਲਈ ਆਮ ਤੌਰ 'ਤੇ ਮੌਜੂਦ ਹੁੰਦੀ ਹੈ। ਦੂਜਾ, ਰਿਸ਼ੀਕੇਸ਼ ਨੂੰ ਟੈਕਸੀ ਜਾਂ ਨਿੱਜੀ ਕਾਰ ਲਓ। ਤੀਸਰਾ, ਹਰਿਦੁਆਰ ਲਈ ਇੱਕ ਰੇਲ ਗੱਡੀ ਲਵੋ। ਅੱਗੇ ਦੀ ਯਾਤਰਾ ਸੜਕ ਦੁਆਰਾ ਹੈ। ਤੁਸੀਂ ਅਗਲੇ 300 ਕਿਲੋਮੀਟਰ ਦੇ ਲਈ ਬੱਸ ਜਾਂ ਇੱਕ ਪ੍ਰਾਈਵੇਟ ਟੈਕਸੀ ਜਾਂ ਕਾਰ ਲੈ ਸਕਦੇ ਹੋ। ਰਿਸ਼ੀਕੇਸ਼ ਜਾਂ ਦੇਹਰਾਦੂਨ ਜਾਂ ਹਰਿਦੁਆਰ ਤੋਂ ਸਵੇਰੇ 5 ਜਾਂ 6 ਵਜੇ ਦੇ ਕਰੀਬ ਚੱਲ ਪਓ ਅਤੇ 300 ਕਿਲੋਮੀਟਰ ਦੂਰ ਗੋਬਿੰਦ ਘਾਟ ਜਾਓ। ਇਹ ਯਾਤਰਾ ਗੰਗਾ ਨਦੀ ਦੇ ਨਾਲ ਨਾਲ ਸੁੰਦਰ ਘਾਟੀਆਂ ਰਾਹੀਂ ਜਾਂਦੀ ਹੈ ਅਤੇ ਤੁਸੀਂ ਕਈ ਇਤਿਹਾਸਿਕ ਕਸਬੇ ਵੇਖੋਗੇ। ਬਹੁਤ ਸਾਰੇ ਖੇਤਰਾਂ ਵਿੱਚ ਮੁਰੰਮਤ ਦੀ ਪ੍ਰਕਿਰਿਆ ਚੱਲ ਰਹੀ ਹੈ, ਇਸ ਲਈ ਆਪਣਾ ਸਮਾਂ ਲੈਣਾ ਅਤੇ ਸੁਰੱਖਿਅਤ ਰਹਿਣ ਲਈ ਸਭ ਤੋਂ ਵਧੀਆ ਹੈ ਕਿ ਆਰਾਮ ਦੇ ਨਾਲ ਨਾਲ ਰਿਫਰੈਸ਼ਮੈਂਟਸ ਲਈ ਰੁਕਦੇ ਰਹੋ। ਤੁਸੀਂ ਆਪਣੇ ਨਾਲ ਕੁਝ ਟੋਇਲਟ ਟਿਸ਼ੂ ਵੀ ਰੱਖ ਸਕਦੇ ਹੋ। ਯਾਤਰਾ ਲਗਭਗ 10-12 ਘੰਟੇ ਲੰਬੀ ਹੋਵੇਗੀ ਅਤੇ ਤੁਸੀਂ ਗੋਬਿੰਦ ਘਾਟ ਰਾਤ ਬਿਤਾਓਗੇ। ਗੋਬਿੰਦ ਘਾਟ ਅਲਕਨੰਦਾ ਅਤੇ ਲਛਮਣ ਗੰਗਾ ਦੇ ਸੰਗਮ 'ਤੇ ਸ਼ਾਨਦਾਰ ਥਾਂ ਉੱਤੇ ਸਥਿਤ ਹੈ ਅਤੇ ਗੁਰਦੁਆਰਾ ਸਾਹਿਬ ਅਲਕਨੰਦ ਦਰਿਆ ਦੇ ਨੇੜੇ ਹੈ। ਹਿੰਦੂ ਤੀਰਥ ਯਾਤਰੀ ਇੱਥੇ ਤੋਂ ਬਦਰੀਨਾਥ ਦੀ ਪਵਿੱਤਰ ਯਾਤਰਾ ਤੱਕ ਚੱਲਦੇ ਹਨ। ਬਦਰੀਨਾਥ ਅਤੇ ਹੇਮਕੁੰਟ ਸਾਹਿਬ ਵੱਲ ਸੜਕ ਸੇਵਾ ਹੈ। ਗੋਬਿੰਦ ਘਾਟ ਦੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਯਾਤਰੀਆਂ ਲਈ ਸਰਾਂ ਬਣੀਆਂ ਹੋਈਆਂ ਹਨ। ਕੋਈ ਵੀ ਸਿੱਖ ਸੰਗਤ ਦੀ ਪ੍ਰਾਹੁਣਾਚਾਰੀ ਦਾ ਆਨੰਦ ਲੈ ਸਕਦਾ ਹੈ। ਗੋਬਿੰਦ ਘਾਟ ਵਿਖੇ ਹੋਟਲ ਵੀ ਉਪਲਬਧ ਹਨ। ਗੋਬਿੰਦ ਘਾਟ ਲਗਭਗ 6000 ਫੁੱਟ ਦੀ ਉਚਾਈ 'ਤੇ ਹੈ। ਅਗਲੇ ਦਿਨ ਗੋਬਿੰਦ ਘਾਟ ਵਿਖੇ ਇੱਕ ਰਾਤ ਬਿਤਾਉਣ ਤੋਂ ਬਾਅਦ ਘਗਰੀਆ ਵੱਲ ਚਾਲੇ ਪਾਏ ਜਾਂਦੇ ਹਨ। ਘਗਰੀਆ 10000 ਫੁੱਟ 'ਤੇ ਹੈ ਅਤੇ ਤਾਂ ਕਿ ਟ੍ਰੈਕਰਸ ਅਤੇ ਤੀਰਥ ਯਾਤਰੀਆਂ ਨੂੰ ਇੱਕ ਦਿਨ ਵਿੱਚ 4000 ਫੁੱਟ ਦੀ ਉਚਾਈ ਪ੍ਰਾਪਤ ਕਰਨੀ ਪਵੇ। ਚੱਲਣ ਲਈ ਕਿਸੇ ਡਾਂਗ ਦੀ ਸਹਾਇਤਾ ਲੈਣੀ ਲਾਭਦਾਇਕ ਸਿੱਧ ਹੁੰਦੀ ਹੈ। ਜੋ ਚੱਲ ਨਹੀਂ ਸਕਦੇ ਜਾਂ ਭਾਰੀ ਸਮਾਨ ਹੈ ਤਾਂ ਉਹਨਾਂ ਲਈ ਮਦਦ ਵਾਸਤੇ ਘੋੜੇ ਉਪਲਬਧ ਹਨ। ਘੋੜਿਆਂ ਵਾਲੇ ਤੁਹਾਨੂੰ 2-3 ਘੰਟਿਆਂ ਵਿੱਚ ਤੁਹਾਡੀ ਮੰਜ਼ਿਲ 'ਤੇ ਪਹੁੰਚਾ ਦੇਣਗੇ। ਇਸ ਦਿਨ ਇੱਕ ਹੌਲੀ ਅਤੇ ਸਥਿਰ ਗਤੀ ਦਾ ਮਤਲਬ ਹੈ ਕਿ ਤੁਸੀਂ ਭੋਜਨ, ਪਾਣੀ, ਬਾਥਰੂਮ ਲਈ ਬ੍ਰੇਕ ਲੈ ਸਕਦੇ ਹੋ ਅਤੇ ਦ੍ਰਿਸ਼ ਦਾ ਆਨੰਦ ਮਾਣ ਸਕਦੇ ਹੋ। ਘਗਰੀਆ ਵਿਖੇ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਤੁਸੀਂ ਲੰਗਰ ਅਤੇ ਕੀਰਤਨ ਦਾ ਆਨੰਦ ਮਾਣ ਸਕਦੇ ਹੋ ਅਤੇ ਰਾਤ ਨੂੰ ਠਹਿਰ ਸਕਦੇ ਹੋ। ਇੱਥੇ ਹੋਟਲ ਵੀ ਹਨ। ਅਗਲੇ ਦਿਨ ਸਵੇਰੇ ਜਲਦੀ ਹੇਮਕੁੰਟ ਸਾਹਿਬ ਲਈ ਚਾਲੇ ਪਾਓ। ਉਚਾਈ ਲਗਭਗ 5000 ਫੁੱਟ ਹੈ ਅਤੇ ਦੂਰੀ ਤਕਰੀਬਨ 6 ਕਿਲੋਮੀਟਰ ਹੈ। ਬਹੁਤ ਲੋਕ 6-8 ਘੰਟਿਆਂ ਵਿੱਚ ਆਉਣ ਜਾਣ ਕਰ ਸਕਦੇ ਹਨ। ਹੌਲੀ ਜਾਓ ਅਤੇ ਉਸ ਸਥਾਨ ਦੇ ਦ੍ਰਿਸ਼ ਦਾ ਆਨੰਦ ਮਾਣੋ। ਹੇਮਕੁੰਟ ਸਾਹਿਬ ਦੇ ਨੇੜੇ ਪੁੱਜਦੇ ਹੀ ਕੁਝ ਦੂਰੀ ਤੋਂ ਹੀ ਪਹਾੜਾਂ ਵਿੱਚ ਕੀਰਤਨ ਦੀਆਂ ਆਵਾਜ਼ਾਂ ਸੁਣ ਕੇ ਆਤਮਾ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਗੁਰਦੁਆਰਾ ਸਾਹਿਬ ਤੱਕ ਪੁੱਜਣ ਲਈ 2 ਵਿਕਲਪ ਹਨ। ਇੱਕ ਵਿੱਚ ਸਖ਼ਤ ਪੌੜੀਆਂ ਹਨ। ਪੌੜੀਆਂ ਦੂਰੀ ਨੂੰ ਤਾਂ ਘਟਾਉਂਦੀਆਂ ਹਨ ਪਰ ਪੌੜੀਆਂ ਚੜ੍ਹਨ ਲਈ ਕਾਫ਼ੀ ਸਮਰੱਥਾ ਦੀ ਜ਼ਰੂਰਤ ਹੁੰਦੀ ਹੈ।
ਅੰਤਨ ਸੰਗ ਜਾਤਾ ਪੁਰਖ ਪਿਤਾਤਾ ਕੱਟ ਕੱਟ ਨਜ਼ਰ ਨਿਹਾਲਿਆ ਕੱਟ ਕੱਟ ਨਜ਼ਰ ਨਿਹਾਲਿਆ ਅੰਤਨ ਸੰਗ ਜਾਤਾ ਪੁਰਖ ਪਿਤਾਤਾ ਕੱਟ ਕੱਟ ਨਜ਼ਰ ਨਿਹਾਲਿਆ ਕੱਟ ਕੱਟ ਨਜ਼ਰ ਨਿਹਾਲਿਆ ਜੋ ਸਰਨੀ ਆਵ ਸਰਬ ਸੁਖ ਤਰੇ ਚਲ ਨਹੀਂ ਪੁੰਨੇ ਕਾਲਿਆ ਸਰਬ ਸੁਖ ਪਾਲੇ ਤਿਲ ਨਹੀਂ ਪੰਨੇ ਵਾਲਿਆ ਤਿਲ ਨਹੀਂ ਪੰਨੇ ਕਾਲਿਆ ਗੁਰਦੁਆਰਾ ਸਾਹਿਬ ਦੇ ਸਟਾਫ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਹੇਮਕੁੰਟ ਸਾਹਿਬ ਵਿਖੇ ਸ਼ਾਮ ਦੇ 3 ਵਜੇ ਤੋਂ ਬਾਅਦ ਠਹਿਰਨ ਦੀ ਆਗਿਆ ਨਹੀਂ ਹੁੰਦੀ। ਇਸ ਲਈ ਸੰਗਤਾਂ ਦੁਪਹਿਰ ਦੇ 3 ਵਜੇ ਵਾਪਿਸ ਤੁਰ ਪੈਂਦੀਆਂ ਹਨ। ਹੇਮਕੁੰਟ ਸਾਹਿਬ ਤੋਂ ਘਗਰੀਆ ਤੱਕ ਆਉਣ ਵੇਲੇ ਥੋੜ੍ਹੇ ਹੀ ਘੰਟੇ ਲੱਗਦੇ ਹਨ। ਨੇੜੇ ਹੀ ਕੌਮੀ ਪਾਰਕ ਹੈ ਜੋ ਘਗਰੀਆ ਤੋਂ ਕੁਝ ਕਿਲੋਮੀਟਰ ਦੂਰੀ 'ਤੇ ਹੈ। ਘਾਟੀ ਦੇ ਆਲੇ ਦੁਆਲੇ ਪਾਣੀ ਅਤੇ ਪੱਥਰਾਂ ਵਿੱਚ ਪੌਦੇ ਮੌਜੂਦ ਹਨ। ਇਹ ਬਹੁਤ ਹੀ ਸੁੰਦਰ, ਸ਼ਾਨਦਾਰ ਅਤੇ ਪ੍ਰੇਰਨਾਦਾਇਕ ਸਥਾਨ ਹੈ। ਬਰਫ਼ ਨਾਲ ਢੱਕੀਆਂ ਸ਼ਿਖਰਾਂ ਲਗਭਗ 25,000 ਫੁੱਟ ਤੱਕ ਵੱਧਦੀਆਂ ਹਨ। ਹੇਮਕੁੰਟ ਸਾਹਿਬ ਦੀ ਯਾਤਰਾ ਦਾ ਮੌਸਮ ਮਈ ਦੇ ਮਹੀਨੇ, ਮਈ ਦੇ ਅਖੀਰ ਜਾਂ ਜੂਨ ਦੇ ਸ਼ੁਰੂ ਵਿੱਚ ਹੁੰਦਾ ਹੈ ਮੌਸਮ ਦੇ ਅਨੁਸਾਰ, ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਨੂੰ ਬੰਦ ਹੋ ਜਾਂਦਾ ਹੈ। ਹਰ ਵਾਰੀ ਇਸ ਦੀ ਆਪਣੀ ਹੀ ਅਲੱਗ ਸੁੰਦਰਤਾ ਹੁੰਦੀ ਹੈ। ਹਾਲਾਂਕਿ ਜੁਲਾਈ ਦੇ ਅਗਸਤ ਵਿੱਚ ਰੋਜ਼ਾਨਾ ਬਾਰਿਸ਼ ਹੋ ਸਕਦੀ ਹੈ, ਪਰ ਸਤੰਬਰ ਵਿੱਚ ਮੌਸਮ ਸਾਫ਼ ਰਹਿੰਦਾ ਹੈ, ਪਰ ਠੰਡ ਹੋਣ ਕਰਕੇ ਗਰਮ ਕੱਪੜੇ ਲਾਭਦਾਇਕ ਹੁੰਦੇ ਹਨ। ਕਿਰਪਾ ਕਰਕੇ ਔਨਲਾਈਨ ਵੀਡੀਓਜ਼ ਦਾ ਲਾਭ ਲਓ ਜੋ ਪੈਕਿੰਗ ਅਤੇ ਲੋੜੀਂਦੀਆਂ ਦਵਾਈਆਂ ਲਈ ਸੁਝਾਅ ਦਿੰਦੇ ਹਨ। ਜਿੰਨਾ ਜ਼ਿਆਦਾ ਤੁਸੀਂ ਤਿਆਰ ਹੋ, ਉਨਾ ਹੀ ਤੁਸੀਂ ਸੰਗਤ ਵਿੱਚ ਰਹਿਣ ਦੇ ਤਜੁਰਬੇ ਦਾ ਆਨੰਦ ਮਾਣੋਗੇ। ਇਹ ਹਿਮਾਲਿਆ ਦੇ ਹੋਰ ਦੌਰਿਆਂ ਤੋਂ ਅਲੱਗ ਹੈ। ਇਸ ਦੀ ਸੁੰਦਰਤਾ ਕਰਕੇ, ਸਾਥੀ ਸ਼ਰਧਾਲੂਆਂ ਦੇ ਚੰਗੇ ਵਿਵਹਾਰ ਅਤੇ ਮੇਲ ਮਿਲਾਪ ਕਰਕੇ, ਅਤੇ ਸਭ ਦੀ ਏਕਤਾ ਲਈ ਪ੍ਰੇਰਨਾਦਾਇਕ ਕੀਰਤਨ ਕਰਕੇ ਇਸ ਯਾਤਰਾ ਨੂੰ ਅਨੋਖਾ ਬਣਾਉਂਦਾ ਹੈ।